ਪਿਤਾ ਲਈ ਇਸ ਤੋਂ ਵੱਡੀ ਖੁਸ਼ੀ ਕੋਈ ਨਹੀਂ ਹੋ ਸਕਦੀ ਕਿ ਉਸ ਦੀ ਅੱਖਾਂ ਦੇ ਸਾਹਮਣੇ ਉਸ ਦੇ ਬੱਚੇ ਕੋਈ ਵੱਡਾ ਮੁਕਾਮ ਹਾਸਲ ਕਰਨ। ਰਿਟਾਇਰਡ ਫੌਜੀ ਦੀ ਇਹ ਧੀ ਜਿਸਨੇ ਰੰਗਲਾ ਪੰਜਾਬ ਜੇ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ। 96% ਲੋਕ ਜਿਹੜੇ ਨੇ ਉਹ ਮੁਹੱਲਾ ਕਲੀਨਿਕਾਂ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ। ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘੱਟ ਗਿਆ। ਮੁਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਹੈ, ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ। 2 ਹਫ਼ਤੇ ਤੋਂ ਖੰਘ ਨੇ ਬਹੁਤ ਪਰੇਸ਼ਾਨ ਕਰਿਆ ਅਤੇ ਜੀ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਦਵਾਈ ਲੈਂਦਾ ਰਿਹਾ, ਫਿਰ ਇੱਥੇ ਆ ਕੇ ਲਿੱਤੀ ਜੀ, ਟੈਸਟ ਫ੍ਰੀ ਹੋਇਆ, ਇੱਥੋਂ ਮੈਂ ਠੀਕ ਹੋ ਗਿਆ, ਹੁਣ ਮੈਂ ਠੀਕ ਹਾਂ ਬਿਲਕੁਲ। ਸ਼ਾਨਦਾਰ ਮੁਹੱਲਾ ਕਲੀਨਿਕ ਹੈ, ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਹੈ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ, ਜਿੱਥੇ ਦਵਾਈ ਲੈਣੀ ਹੈ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਹੈ, ਟੋਟਲ ਪੇਪਰਲੈਸ ਹੈ। ਮਾਨ ਸਾਹਿਬ ਨੇ ਬਹੁਤ ਵਧੀਆ ਉਪਰਾਲਾ ਕੀਤਾ, ਵਧੀਆ ਕੰਮ ਕਰਿਆ ਸਰਕਾਰ ਨੇ, ਗਰੀਬਾਂ ਦਾ ਭਲਾ ਕਰਤਾ। ਪੰਜਾਬੀ 'ਚ ਕਿਹਾ ਜਾਂਦਾ ਹੈ ਬਾਕੀ ਦੇ ਕੰਮ ਬਾਅਦ 'ਚ, ਪਹਿਲਾਂ ਸਿਹਤ ਜ਼ਰੂਰੀ ਹੈ। ਸੋ ਅਸੀਂ ਜਦੋਂ ਸਹੁੰ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟੌਪ ਕਲਾਸ ਦਾ ਇਲਾਜ ਹੋਵੇ। ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ, ਔਰ ਮੈਂ ਕੋਈ ਆਸਾਨ ਨਹੀਂ ਕਰ ਰਿਹਾ ਤੁਹਾਡੇ 'ਤੇ, ਮੇਰਾ ਫਰਜ਼ ਹੈ ਜੀ। ਇੱਕ ਵੱਡਾ ਅਹੁਦਾ ਹਾਸਲ ਕੀਤਾ ਹੈ ਤੇ ਹੁਣ ਅਫਸਰ ਲੱਗ ਗਈ ਹੈ, ਜਿਸ ਲਈ ਰਿਟਾਇਰਡ ਫੌਜੀ ਪਿਤਾ ਨੂੰ ਵੀ ਆਪਣੀ ਇਸ ਧੀ ਤੇ ਮਾਣ ਹੈ। ਗੁਰਦਾਸਪੁਰ ਦੇ ਕਸਬਾ ਨਸ਼ਹਿਰਾ ਮੱਝਾ ਸਿੰਘ ਦੇ ਕਰੀਬੀ ਪਿੰਡ ਕਲੇਰ ਖੁਰਦ ਦੀ ਇਹ ਜੰਮਪਲ ਹੋਣਹਾਰ ਧੀ ਡਾਕਟਰ ਕੁਲਜੀਤ ਰੰਧਾਵਾ, ਜਿਸਨੇ ਬਤੌਰ ਸੀਨੀਅਰ ਮੈਡੀਕਲ ਅਫਸਰ ਯਾਨੀ SMO ਦਾ ਅਹੁਦਾ ਸੰਭਾਲਿਆ। ਭਾਰਤੀ ਸੈਨਾ ਤੋਂ ਸੇਵਾ ਮੁਕਤ ਹੋਏ ਅਧਿਕਾਰੀ ਸਤਨਾਮ ਸਿੰਘ ਰੰਧਾਵਾ ਦੀ ਇਹ ਧੀ ਡਾਕਟਰ ਕੁਲਜੀਤ ਰੰਧਾਵਾ ਆਪਣੇ ਪਿਤਾ ਦਾ ਆਸ਼ੀਰਵਾਦ ਲੈ ਕੇ ਕੁਰਸੀ ਤੇ ਬੈਠੀ ਤੇ ਆਪਣੀ ਜ਼ਿੰਮੇਵਾਰੀ ਨੂੰ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣ ਦਾ ਵਾਅਦਾ ਕੀਤਾ। ਹੋਣਹਾਰ ਧੀ ਤੇ SMO ਬਣੀ ਡਾਕਟਰ ਕੁਲਜੀਤ ਕੌਰ ਦੇ ਪਿਤਾ ਸਤਨਾਮ ਸਿੰਘ ਰੰਧਾਵਾ ਨੇ ਕਿਹਾ ਕਿ ਉਹਨਾਂ ਨੂੰ ਆਪਣੀ ਧੀ ਤੇ ਮਾਣ ਹੈ ਕਿ ਉਸਨੇ ਅੱਜ ਆਪਣਾ ਸੁਪਨਾ ਪੂਰਾ ਕਰ ਲਿਆ। ਉਧਰ ਹੀ ਡਾਕਟਰ ਰੰਧਾਵਾ ਨੇ ਵੀ SMO ਦਾ ਅਹੁਦਾ ਸੰਭਾਲਦਿਆਂ ਹੀ ਇਹ ਦਾਅਵਾ ਕੀਤਾ ਹੈ ਤੇ ਵਾਅਦਾ ਕੀਤਾ ਹੈ ਕਿ ਆਪਣੀ ਜ਼ਿੰਮੇਵਾਰੀ ਪੂਰੀ ਮਿਹਨਤ ਦੇ ਨਾਲ ਤੇ ਤਨਦੇਹੀ ਨਾਲ ਨਿਭਾਉਣਗੇ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਹਸਪਤਾਲ ਦੇ ਵਿੱਚ ਮਰੀਜ਼ਾਂ ਨੂੰ ਹਰ ਤਰ੍ਹਾਂ ਦੀ ਸੁਵਿਧਾ ਵੀ ਮਿਲੇਗੀ ਤੇ ਕਿਸੇ ਨੂੰ ਵੀ ਕੋਈ ਜ਼ਰੂਰਤ ਹੋਵੇ ਤਾਂ ਉਸਨੂੰ ਮਦਦ ਵੀ ਦਿੱਤੀ ਜਾਏਗੀ। ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਪੰਜਾਬ ਸਰਕਾਰ ਦਾ ਜੀ, ਜੋ ਮੈਨੂੰ ਇਸ ਜ਼ਿੰਮੇਵਾਰੀ ਦੇ ਲਾਇਕ ਸਮਝਿਆ। ਮੇਰਾ ਨਾਮ ਡਾਕਟਰ ਕੁਲਜੀਤ ਕੌਰ ਹੈ ਔਰ ਮੈਂ ਇੱਥੇ ਬਦਾ ਮੈਡੀਕਲ ਅਫਸਰ 13 ਸਾਲ ਤੋਂ ਕੰਮ ਕਰ ਰਹੀ ਹਾਂ ਜੀ, ਔਰ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੀਆਂ ਪੰਜਾਬ ਸਰਕਾਰ ਦੀਆਂ ਸਕੀਮਾਂ ਨੇ ਸਾਰੀਆਂ ਅਸੀਂ ਗਰੀਬਾਂ ਨੂੰ ਉਹਨਾਂ ਦਾ ਪੂਰਾ ਪੂਰਾ ਲਾਭ ਦੇਵਾਂਗੇ। ਬਿਲਕੁਲ ਜੀ, ਇਹ ਮੈਂ ਬਿਲਕੁਲ ਤੁਹਾਨੂੰ ਵਿਸ਼ਵਾਸ ਦਿਵਾਉਂਦੀ ਹਾਂ ਕਿ ਜਿੰਨੀ ਦੇਰ ਮੇਰੇ ਕੋਲ ਚਾਰਜ ਹੈ ਤੁਹਾਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਜੀ। ਜੀ ਜ਼ਰੂਰ, ਇੱਥੇ ਸਾਡੇ ਕੋਲ 5 MO ਨੇ ਜੋ ਕਿ ਈਵਨਿੰਗ, ਨਾਈਟ ਔਰ ਮੋਰਨਿੰਗ ਡਿਊਟੀ ਕਰਦੇ ਨੇ। ਕੋਈ ਰੋਡ ਸਾਈਡ ਐਕਸੀਡੈਂਟ ਆਉਂਦਾ ਹੈ, ਕੋਈ ਸਾਡਾ ਮੈਡੀਕੋ ਲੀਗਲ ਕੇਸ ਆਉਂਦਾ ਹੈ ਤਾਂ ਅਸੀਂ ਉਸ ਟਾਈਮ ਪੂਰੇ ਮੌਜੂਦ ਹੁੰਦੇ ਹਾਂ ਜੀ। ਫਿਰ ਸਾਡੇ ਕੋਲ ਗਾਇਨੋਕੋਲੋਜਿਸਟ ਨੇ ਜੋ ਆਪਣੀ ਪੂਰੀ ਇਮਾਨਦਾਰੀ ਨਾਲ ਕੰਮ ਕਰ ਰਹੇ ਨੇ। ਸਾਡੇ ਕੋਲ ਇੱਥੇ ਫ੍ਰੀ ਜਿਹੜਾ ਜਣੇਪਾ ਹੁੰਦਾ ਹੈ ਜੀ, ਅਸੀਂ ਪੇਸ਼ੈਂਟਸ ਨੂੰ
ਸਰਕਾਰ ਵੱਲੋਂ ਜਿਹੜਾ ਹੈਗਾ ਉਹ ਜਣੇਪਾ ਕੁਛ ਜੋ ਉਹਨਾਂ ਦੀ ਰਕਮ ਹੈ ਉਹ ਦਿੰਦੇ ਹਾਂ ਜੀ। ਠੀਕ ਹੈ, ਬਾਕੀ ਇੱਥੇ ਸਾਰੀਆਂ ਬੱਚਿਆਂ ਨੂੰ ਟੀਕੇ ਵਗੈਰਾ ਫ੍ਰੀ ਲੱਗਦੇ ਨੇ। ਸਾਡੇ ਕੋਲ ਧਾਰੀਵਾਲ ਦਾ ਵੀ ਡੀਡੀਓ ਪਾਵਰਸ ਨੇ ਔਰ ਕੋਟ ਸੰਤੋਖ ਰਾਏ ਦੀਆਂ ਵੀ। ਮੈਂ ਸਟਰੋਂਗਲੀ ਕੰਡੈਮ ਕਰਦੀ ਹਾਂ ਜੀ, ਬਰੂਟਲੀ ਉਸ ਲੜਕੀ ਨਾਲ ਬਹੁਤ ਜਾਇਤੀ ਹੋਈ ਹੈ। ਠੀਕ ਹੈ ਜੀ, ਔਰ ਇਹ ਸਾਡੇ ਸਮਾਜ ਦਾ ਹੀ ਇੱਕ ਨਿਕੰਮਾ ਇੱਕ ਤੁਸੀਂ ਕਹਿ ਸਕਦੇ ਹੋ ਕਿ ਇਸ ਤਰ੍ਹਾਂ ਹੋਣਾ ਨਹੀਂ ਚਾਹੀਦਾ ਜੀ। ਸਵੇਰੇ ਸਾਡੇ ਕੋਲ ਪੁਲਿਸ ਦਾ ਇੱਕ ਅਧਿਕਾਰੀ ਹੁੰਦਾ, ਠੀਕ ਹੈ, ਕੌਂਸਟੇਬਲ ਦੀ ਡਿਊਟੀ ਲਗਵਾਈ ਹੋਈ ਹੈ ਅਸੀਂ ਜੀ, ਔਰ ਈਵਨਿੰਗ ਔਰ ਨਾਈਟ ਦੇ ਵਿੱਚ ਅਸੀਂ ਇੱਕ ਚੌਕੀਦਾਰ ਦੀ ਪ੍ਰਬੰਧ ਕੀਤਾ ਹੋਇਆ ਹੈ। ਮੇਰੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਅਸੀਂ ਦੋ ਸਟਾਫ ਨਰਸਿਸ ਦੀ ਡਿਊਟੀ ਲਾਈਏ ਤਾਂ ਕਿ ਇਕੱਲੇ ਲੇਡੀਜ਼ ਨਾ ਆਉਣ। ਠੀਕ ਹੈ, ਬਾਕੀ ਸਾਰੇ ਇੱਥੇ CCTV ਸਾਡੇ ਲੱਗੇ ਹੋਏ ਆ। ਆਈ ਐਮ ਬਲੈਸਡ, ਬਹੁਤ ਖੁਸ਼ੀ ਹੁੰਦੀ ਹੈ ਜੀ ਆਪਣੇ ਫਾਦਰ ਸਾਹਿਬ ਨੂੰ। ਠੀਕ ਹੈ, ਮੈਂ ਬਹੁਤ ਲੱਕੀ ਹਾਂ ਕਿ ਮੈਨੂੰ ਮੇਰੇ ਫਾਦਰ ਸਾਹਿਬ ਨੇ ਮੁੰਡਿਆਂ ਵਾਂਗੂ ਪਿਆਰ ਕੀਤਾ ਜੀ। ਇਹ ਜ਼ਿੰਦਗੀ ਦੇ ਵਿੱਚ ਕਦੀ ਕਦੀ ਇਹੋ ਜਿਹੇ ਮੌਕੇ ਆਉਂਦੇ ਆ ਅਤੇ ਮੈਂ ਐਕਸ ਇੰਡੀਆ, ਸਤਨਾਮ ਸਿੰਘ ਰੰਧਾਵਾ ਮੇਰਾ ਨਾਮ ਆ, ਪਿੰਡ ਕਲੇਰ ਖੁਰਦ, ਅਤੇ ਮੈਂ ਐਕਸ ਇੰਡੀਅਨ ਨੇਵੀ ਦਾ ਇੱਕ ਇਲੈਕਟ੍ਰੀਕਲ ਇੰਜੀਨੀਅਰ ਹਾਂ ਅਤੇ ਬਾਅਦ ਦੇ ਵਿੱਚ ਮਰਚੈਂਟ ਸ਼ਿਪਾਂ ਦੇ ਵਿੱਚ ਵੀ ਇਲੈਕਟ੍ਰੀਕਲ ਇੰਜੀਨੀਅਰ ਅਫਸਰ ਰਿਹਾ ਵਾਂ। ਅਤੇ ਇਹ ਬੱਚਿਆਂ ਦੀ ਜਿਉਂ ਸੇਵਾ ਕੀਤੀ ਆ, ਇਹਨਾਂ ਨੂੰ ਦੱਬ ਕੇ ਪੜ੍ਹਾਇਆ ਵਾ, ਇਹ ਉਹ ਕੀਤਾ, ਅਤੇ ਬਾਕੀ ਸਿੱਖਿਆ ਇਹਨਾਂ ਨੂੰ ਇਹ ਆ ਵੀ ਉੱਚਾਈ ਦੇ ਉੱਤੇ ਜਿਹੜਾ ਹਿਮਾਲਿਆ ਦੇ ਉੱਤੇ ਚੜ੍ਹ ਸਕਦਾ, ਦਰਖਤ ਦੇ ਟੌਪ 'ਤੇ ਜਾ ਸਕਦਾ, ਪਰ ਉੱਥੇ ਰਹਿਣਾ ਮੁਸ਼ਕਲ ਆ। ਇਹਦਾ ਧਿਆਨ ਰੱਖਿਓ, ਉਹ ਉਸ ਲੈਵਲ 'ਤੇ ਜਾ ਕੇ ਕਿਤੇ ਡਿੱਗਣਾ ਪਿਓ, ਵੇਖਿਓ ਕਿਤੇ ਬੜੀ ਮੁਸ਼ਕਲ ਤੁਹਾਨੂੰ ਪਾਇਆ ਵਾ। ਆਪਣਾ ਜਿਹੜਾ ਸਫ਼ਰ ਜਿਹੜਾ ਚੰਗੀ ਤਰ੍ਹਾਂ ਲੋਕ ਐਪਰੀਸ਼ੀਏਟ ਕਰਨ ਤੁਹਾਡੀ, ਫਿਰ ਤਾਂ ਮਜ਼ਾ ਨਾ। ਐਪਰੀਸ਼ੀਏਟ ਵੀ ਕੋਈ ਦੂਜਾ ਕਰੇ ਤਾਂ ਉਹ ਲੱਗਦੀ ਆ ਆਪ ਸੈਲਫ ਰਿਕਮੈਂਡੇਸ਼ਨ ਐਜ਼ ਗਟ ਨੋ ਰਿਸਪੈਕਟ ਆ ਸਮਥਿੰਗ। ਹੋਰ ਜੀਵਨ ਸੁਖਾਲਾ ਰਹਿ ਸਕਦਾ ਵਾ ਜੇ ਤਿੰਨ ਨਿਯਮ ਬੰਦਾ ਓਪਰੇਟ ਕਰ ਲਏ ਤਾਂ। ਇੱਕ ਤਾਂ ਪਹਿਲਾਂ ਵਾ ਸਾਦਗੀ ਰੱਖੋ, ਸਾਦਗੀ ਜੀਵਨ ਦੇ ਵਿੱਚ ਬਹੁਤ ਜ਼ਰੂਰੀ ਆ। ਦੂਜਾ ਵਾ ਨਿਮਰਤਾ, ਨਿਮਰਤਾ ਬੜੀ ਜ਼ਰੂਰਤ ਵਾ। ਕੋਈ ਗੱਲ ਕਹਿ ਵੀ ਜਾਂਦਾ ਤਾਂ ਉਹਨੂੰ ਸਹਾਰ ਲਓ, ਉਹ ਮਿੰਟ ਅੱਗੇ ਨਿਕਲ ਜਾਵੇ ਤਾਂ ਤੁਹਾਡਾ ਜੀਵਨ ਠੀਕ ਰਹਿ ਜੂਗਾ। ਬਾਕੀ ਸਬਰ, ਜੋ ਕੁਛ ਹੋ ਗਿਆ ਉਹਨੂੰ ਸਬਰ ਕਰ ਲਓ। ਇਹਦੇ ਨਾਲ ਹੀ ਮੈਂ ਬੰਦ ਕਰਨਾ।